ਨੇ ਸੱਚੀ ਪ੍ਰੀਤ ਵਾਹਿਗੁਰੂ ਪਰਮਾਤਮਾ ਦੇ ਨਾਲ ਜੋੜ ਦਿੱਤੀ। ਬੜੇ ਦੁੱਖ ਆਏ। ਅੱਜ ਕਈ ਵਾਰ ਸਾਡੇ ਉੱਪਰ ਦੁੱਖ ਆ ਜਾਂਦਾ ਹੈ, ਅਸੀਂ ਕਹਿ ਦਿੰਦੇ ਹਾਂ ਵੀ ਮਿਲਿਆ ਤਾਂ ਕੁਛ ਹੈ ਨੀ, ਚੱਲ ਛੱਡੋ ਧਰਤੀ ਨੂੰ, ਛੱਡੋ ਗੁਰਦੁਆਰੇ ਨੂੰ, ਮਿਲੇ ਨੀ ਕੁਛ। ਜਦੋਂ ਭਗਤ ਨਾਮਦੇਵ ਜੀ ਨੂੰ ਸਮੇਂ ਦੇ ਸੁਲਤਾਨ ਨੇ ਬੰਨ ਲਿਆ ਨਾ, ਉਹਦੇ ਈਰਖਾ ਤੋਂ ਨਿੰਦਕਾਂ ਨੇ ਸੁਲਤਾਨ ਦੇ ਕੋਲ ਜਾ ਕੇ ਕਿਹਾ, ਉਸ ਵੇਲੇ ਰਾਜੇ ਦੇ ਕੋਲ, ਵੀ ਭਗਤ ਨਾਮਦੇਵ ਅੱਲਾ ਅੱਲਾ ਨਹੀਂ ਕਹਿੰਦਾ, ਰਾਮ ਰਾਮ ਕਹਿੰਦਾ, ਹਰੀ ਹਰੀ ਕਹਿੰਦਾ, ਦੁਨੀਆਂ ਨੂੰ ਬਦਲ ਲਾਈ ਫਿਰਦਾ, ਆਪਣੇ ਆਪ ਨੂੰ ਰੱਬ ਦਾ ਭਗਤ ਕਹਿੰਦਾ ਹੈ, ਇਹਦੀ ਵਿਖਿਆ ਨੂੰ ਸੁਲਤਾਨ ਪੁੱਛਿਆ, ਸੁਣ ਬੇ ਨਾਮਾ, ਦੇਖੋ ਰਾਮ ਤੁਮਾਰੇ ਕਾਮਾ, ਨਾਮਾ ਸੁਲਤਾਨੇ ਬਾਂਧਲਾ, ਦੇਖੋ ਤੇਰਾ ਹਰ ਬੀਠਲਾ, ਬੀਠਲ ਪਰਮਾਤਮਾ ਦਾ ਨਾਮ ਹੈ। ਕਹਿਣ ਤੋਂ ਭਾਵ ਕਹਿੰਦੇ ਉਸ ਵੇਲੇ ਦੇ ਸੁਲਤਾਨ ਨੇ, ਉਸ ਵੇਲੇ ਦੇ ਰਾਜੇ ਨੇ ਈਰਖਾ ਤੋਂ ਲੋਕਾਂ ਦੀ ਸ਼ਿਕਾਇਤ ਦੇ ਉੱਪਰ ਭਗਤ ਨਾਮਦੇਵ ਜੀ ਨੂੰ ਬੰਨ ਲਿਆ, ਦੁਨੀਆਂ ਵਾਲਿਆਂ ਨੂੰ ਕਹਿਣਾ ਰਾਮ ਰਾਮ ਜਪੋ, ਹਰੀ ਹਰੀ ਜਪੋ, ਮੈਂ ਦੇਖਦਾ ਵੀ ਤੇਰਾ ਰਾਮ ਕੀ ਕਰ ਸਕਦਾ, ਤੇਰਾ ਹਰੀ ਕੀ ਕਰ ਸਕਦਾ। ਹੁਣ ਗੁਰੂ ਸਵਾਰਿਓ ਭਗਤ ਨਾਮਦੇਵ ਦੀ ਮਾਂ ਨੂੰ ਜਦੋਂ ਪਤਾ ਲੱਗਿਆ ਮਾਤਾ ਨੂੰ, ਕਿਉਂਕਿ ਮਾਤਾ ਨੂੰ ਬੜਾ ਦੁੱਖ ਹੁੰਦਾ ਹੈ ਪੁੱਤਰ ਦਾ, ਵੀ ਉਸ ਵੇਲੇ ਦੇ ਸੁਲਤਾਨ ਨੇ ਰਾਜੇ ਨੇ ਭਗਤ ਨਾਮਦੇਵ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਹੈ। ਹੁਣ ਗੁਰੂ ਸਵਾਰਿਓ ਰੁਦਨ ਕਰਾ ਨਾਮੈ ਕੀ ਮਾਈ, ਛੋੜ ਰਾਮ ਕੀ ਨਾ ਭਜੈ ਖੁਦਾਏ। ਹੁਣ ਭਗਤ ਨਾਮਦੇਵ ਦੀ ਮਾਤਾ ਕਹਿਣ ਲੱਗੀ, ਪੁੱਤਰਾ ਉਹ ਰਾਮ ਰਾਮ ਛੱਡ ਕੇ ਖੁਦਾ ਖੁਦਾ ਜਪਣਾ, ਕੀ ਫਰਕ ਹੈ, ਰੱਬ ਦਾ ਨਾਮ ਤਾਂ ਇੱਕ ਹੈ। ਭਗਤ ਨਾਮਦੇਵ ਜੀ ਕਹਿੰਦੇ ਫਰਕ ਕੋਈ ਨਹੀਂ, ਨਾਮ ਵੱਖਰੇ ਵੱਖਰੇ, ਪਰਮਾਤਮਾ ਇੱਕ ਹੈ, ਪਰ ਗੱਲ ਤਾਂ ਪ੍ਰੀਤ ਦੀ ਹੈ। ਧਨ ਜਿਹੜਾ ਕਿਸੇ ਤੇ ਥੋਪਿਆ ਨਹੀਂ ਜਾ ਸਕਦਾ, ਕਮਾਇਆ ਜਾ ਸਕਦਾ। ਬੜੇ ਹਾਕਮ ਆਏ, ਬੜੇ ਰਾਜੇ ਆਏ, ਔਰੰਗਜ਼ੇਬ ਵਰਗੇ, ਕਿਹੜੇ ਕਹਿੰਦੇ ਸੀ ਪਰਮਾਕਸ ਵਰਗੇ ਵੀ ਧਰਮ ਨੂੰ ਥੋਪ ਦੇਵਾਂਗੇ, ਧਰਮ ਨੂੰ ਥੋਪ ਕੇ ਭਾਵ ਲੋਕਾਂ ਨੂੰ ਜਬਰੀ ਨਾਮ ਜਪਾਉਣਾ। ਭਗਤ ਨਾਮਦੇਵ ਜੀ ਕਹਿੰਦੇ ਇਹ ਨਹੀਂ ਹੋ ਸਕਦਾ, ਧਰਮ ਹੈ ਜਿਹੜਾ ਗੁਰੂ ਸਵਾਰਿਓ ਕਿਸੇ ਤੇ ਥੋਪਿਆ ਨਹੀਂ ਜਾ ਸਕਦਾ, ਧਰਮ ਕਮਾਉਣ ਵਾਲੀ ਵਸਤੂ ਹੈ, ਥੋਪਣ ਵਾਲੀ ਨਹੀਂ। ਭਗਤ ਨਾਮਦੇਵ ਦੀ ਮਾਤਾ ਕਹਿੰਦੀ ਰੁਦਨ ਕਰਾ ਨਾਮੈ ਕੀ ਮਾਏ, ਛੋੜ ਰਾਮ ਕੀ ਨਾ ਭਜੈ ਖੁਦਾਏ, ਨੂੰ ਰਾਮ ਛੱਡ ਦੇ, ਖੁਦਾ ਖੁਦਾ ਕਹਿਣਾ ਕੀ ਫਰਕ ਹੈ। ਉਹ ਕਹਿੰਦੇ ਫਰਕ ਕੋਈ ਨਹੀਂ, ਪਰ ਮੇਰੇ ਮਨ ਦੀ ਜਿਹੜੀ ਪ੍ਰੀਤ ਹੈ ਉਹ ਰਾਮ ਸ਼ਬਦ ਨਾਲ, ਹਰੀ ਸ਼ਬਦ ਨਾਲ, ਬੀਠਣ ਸ਼ਬਦ ਨਾਲ ਬੱਝੀ ਹੋਈ ਹੈ, ਪਰ ਧਰਮ ਥੋਪਿਆ ਨਹੀਂ ਜਾ ਸਕਦਾ, ਕਮਾਇਆ ਜਾ ਸਕਦਾ। ਇੱਥੇ ਪ੍ਰੀਤ ਦੇ ਵਿੱਚ ਬੱਝੇ ਹੋਏ ਨਾਮਦੇਵ ਜੀ ਨੇ ਇੱਕ ਗੱਲ ਕਹੀ,
ਕਹਿੰਦਾ ਮਾਂ ਗੰਗ ਜਮਨ ਜੋ ਉਲਟੀ ਬਹਿ ਔ ਨਾਮਾ ਹਰ ਹਰ ਕਰਤਾ ਰਹਿ। ਕਹਿੰਦੇ ਗੰਗਾ ਤੇ ਜਮਨਾ ਉਲਟੀ ਬਹਿ ਸਕਦੀ ਹੈ ਪਰ ਬਹਿੰਦੀ ਨਹੀਂ। ਭਗਤ ਨਾਮਦੇਵ ਜੀ ਦੀ ਪ੍ਰੀਤ ਦੇਖੋ ਕਿੰਨੀ ਵੱਡੀ ਹੈ। ਗੰਗ ਜਮਨ ਜੋ ਉਲਟੀ ਬਹਿ, ਭਗਤ ਨਾਮਦੇਵ ਜੀ ਕਹਿੰਦੇ ਗੰਗਾ ਤੇ ਜਮਨਾ ਤਾਂ ਉਲਟੀ ਚੱਲ ਸਕਦੀ ਹੈ ਪਰ ਨਾਮਦੇਵ ਰਾਮ ਰੰਗ ਫਿਰੋ ਨਹੀਂ ਹਟ ਸਕਦਾ ਉਚਾਰਨ ਤੋਂ ਸਤਨਾਮ ਵਾਹਿਗੁਰੂ ਜੀ। ਇੱਥੇ ਗੱਲ ਪ੍ਰੀਤ ਦੀ ਆ ਗਈ। ਗੁਰੂ ਸਵਾਰਿਓ ਜਦੋਂ ਪ੍ਰੀਤ ਵੱਧ ਜਾਂਦੀ ਹੈ ਫਿਰ ਜਿਉਂ ਜਿਉਂ ਪ੍ਰੀਤ ਵੱਧਦੀ ਤੁਰੀ ਜਾਵੇਗੀ, ਜਿਉਂ ਜਿਉਂ ਕਿਸੇ ਦਰਦ ਨੂੰ ਫਲ ਲੱਗਦਾ ਤੁਰਿਆ ਜਾਵੇਗਾ, ਝੁਕਦਾ ਤੁਰਿਆ ਜਾਵੇਗਾ, ਝੁਕਦਾ ਜਿਨ੍ਹਾਂ ਨੂੰ ਫਲ ਨਹੀਂ ਨਾ ਲੱਗਦਾ ਉਹ ਹਮੇਸ਼ਾ ਝੁਕਦੇ ਨਹੀਂ ਹੈਗੇ, ਸਿੱਧੇ ਬਣੇ ਰਹਿੰਦੇ। ਜਿਨ੍ਹਾਂ ਨੂੰ ਫਲ ਲੱਗ ਜਾਂਦਾ ਕਿਸੇ ਵੀ ਦਰਦ ਨੂੰ ਫਲ ਲੱਗ ਜਾਏ ਉਹਦੀਆਂ ਟਾਹਣੀਆਂ ਝੁਕ ਜਾਂਦੀਆਂ ਨੇ, ਫਲ ਲੱਗ ਗਿਆ, ਨਿਮਰਤਾ ਆ ਗਈ। ਅੱਜ ਦੇ ਸ਼ਬਦ ਦੇ ਵਿੱਚ ਭਗਤ ਰਵਿਦਾਸ ਦੀ ਗਰੀਬੀ ਦੀ ਗੱਲ ਕਰਦੇ ਹੈ, ਪ੍ਰੀਤ ਦੀ ਗੱਲ ਕਰਦੇ ਹੈ। ਉਹ ਪ੍ਰੀਤ ਜਦੋਂ ਭਗਤਾਂ ਦੀ ਪਰਮਾਤਮਾ ਦੇ ਨਾਲ ਪੈ ਜਾਂਦੀ ਹੈ, ਜਿਉਂ ਜਿਉਂ ਪ੍ਰੀਤ ਵੱਧਦੀ ਤੁਰੀ ਜਾਂਦੀ ਹੈ ਤਿਉਂ ਤਿਉਂ ਰੱਬ ਦਾ ਪਿਆਰਾ ਨਿਮਾਣ ਭਾਵ ਨਿਮਰਤਾ ਦੇ ਵਿੱਚ ਆਉਂਦਾ ਤੁਰਿਆ ਜਾਂਦਾ ਹੈ। ਜਿਉਂ ਜਿਉਂ ਪ੍ਰੀਤ ਘਟਦੀ ਜਾਵੇਗੀ ਮਾਨ ਵੱਧਦਾ ਜਾਵੇਗਾ, ਅਹੰਕਾਰ ਵੱਧਦਾ ਜਾਵੇਗਾ ਤੇ ਬੰਦਾ ਸਮਾਜ ਦੇ ਵਿੱਚੋਂ ਅਲੱਗ ਰਹਿਣ ਲੱਗ ਜਾਵੇਗਾ, ਲੋਕਾਂ ਦੇ ਨਾਲ ਪ੍ਰੀਤ ਘਟ ਜਾਵੇਗੀ, ਗੁਰੂ ਦੇ ਨਾਲ ਪ੍ਰੀਤ ਘਟ ਜਾਵੇਗੀ, ਰੱਬ ਦੇ ਨਾਲ ਪ੍ਰੀਤ ਘਟ ਜਾਵੇਗੀ, ਕੇਵਲ ਮਾਇਆ ਦੇ ਵਿੱਚ ਅਹੰਕਾਰੀ ਬਣ ਜਾਵੇਗਾ। ਇਹ ਗੁਰੂ ਸਵਾਰਿਓ ਜਿਹੜੀਆਂ ਉਦਾਹਰਨਾਂ ਸਾਖੀਆਂ ਕੇਵਲ ਮਨੁੱਖ ਨੂੰ ਸਮਝਾਉਣ ਵਾਸਤੇ। ਮੈਂ ਇੱਕ ਕਹਾਣੀ ਪੜ੍ਹੀ, ਬੜੀ ਸੋਹਣੀ ਲੱਗੀ। ਉਹ ਕਹਿੰਦੇ ਇੱਕ ਚੂਹੇ ਨੇ ਨਾ ਵਪਾਰੀ ਦਾ ਹੀਰਾ ਵਿਗੜ ਲਿਆ। ਜਦੋਂ ਚੂਹੇ ਨੇ ਵਪਾਰੀ ਦਾ ਹੀਰਾ ਵਿਗੜਿਆ, ਹੁਣ ਵਪਾਰੀ ਨੇ ਬੜੀ ਕੋਸ਼ਿਸ਼ ਕਰੀ ਵੀ ਚੂਹੇ ਨੂੰ ਫੜਿਆ ਜਾਵੇ, ਹੁਣ ਫੜਿਆ ਨਹੀਂ ਜਾਂਦਾ। ਉਹਨੇ ਸਰਕਾਰੀ ਬੁਲਾਇਆ ਤੇ ਚੂਹਾ ਘਰ ਤੋਂ ਬਾਹਰ ਨੂੰ ਨਿਕਲ ਗਿਆ। ਹੁਣ ਸਰਕਾਰੀ ਪਿੱਛੇ ਪਿੱਛੇ, ਚੂਹਾ ਮੂਹਰੇ ਮੂਹਰੇ। ਹੁਣ ਜਿੱਥੇ ਚੂਹੇ ਉੱਥੇ ਰਹਿੰਦੇ ਨੇ ਉੱਥੇ ਚਲਾ ਗਿਆ ਚੂਹਾ। ਹੁਣ ਗੁਰੂ ਸਵਾਲ ਉੱਥੇ ਚੂਹੇ ਇੱਕ ਪਾਸੇ ਹੀ ਇਕੱਲੇ ਹੀ ਬੈਠਾ ਇੱਕ ਪਾਸੇ। ਹੁਣ ਜਾ ਕੇ ਸਰਕਾਰੀ ਨੇ ਜਿਹੜੇ ਚੂਹੇ ਨੇ ਹੀਰਾ ਨਿਕਲਿਆ ਸੀ ਇੱਕ ਪਾਸੇ ਬੈਠਾ, ਉਹਨੇ ਫੜਕ ਦੇ ਫੜ ਲਿਆ, ਫੜ ਕੇ ਪਿੰਜਰੇ ਦੇ ਵਿੱਚ ਕੈਦ ਕਰ ਲਿਆ ਤੇ ਵਪਾਰੀ ਦੇ ਕੋਲ ਲੈ ਆਇਆ। ਉਹ ਵਪਾਰੀ ਸਰਕਾਰੀ ਨੂੰ ਇਨਾਮ ਦੇ ਕੇ ਕਹਿੰਦਾ ਵੀ ਮੈਨੂੰ ਇੱਕ ਗੱਲ ਦੱਸ ਵੀ ਇਹ ਚੂਹੇ ਦੀ ਤੈਨੂੰ ਪਹਿਚਾਣ ਕਿਵੇਂ ਆਈ? ਉਹਦੇ ਚੂਹਿਆਂ ਦੇ ਵਿੱਚ ਇਹ ਜਾ ਵੜਿਆ ਸੀ ਪਰ ਇਹਦੀ ਪਹਿਚਾਣ ਕਿਵੇਂ ਆਈ ਵੀ ਇਹੀ ਚੂਹਾ ਜਿਹਨੇ ਹੀਰਾ ਖਾਧਾ ਹੋਇਆ ਨਿਕਲਿਆ ਹੋਇਆ? ਉਹ ਕਹਿੰਦਾ ਵੀ ਇਹਦੀ ਇੱਕ ਪਹਿਚਾਣ ਸੀ, ਜਦੋਂ ਮਨੁੱਖ ਕੋਲੇ ਬਹੁਤਾ ਧਨ ਹੋ ਜਾਂਦਾ ਹੈ ਉਹ ਮੂਰਖ ਹੋ ਜਾਂਦਾ ਹੈ, ਉਹ ਸਰੀਕੇ ਕਬੀਲੇ ਚੋਂ ਕੱਟਣਾ ਸ਼ੁਰੂ ਹੋ ਜਾਂਦਾ ਹੈ,
ਸਮਾਜ ਦੇ ਵਿੱਚੋਂ ਕੱਟਣਾ ਸ਼ੁਰੂ ਹੋ ਜਾਂਦਾ, ਉਹ ਅਲੱਗ ਰਹਿਣ ਲੱਗ ਜਾਂਦਾ, ਉਹ ਮਾਇਆ ਦਾ ਮਾਨ ਹੋ ਜਾਂਦਾ। ਇਸੇ ਤਰ੍ਹਾਂ ਇਹ ਚੂਹੇ ਨੇ ਹੀਰਾ ਲੈ ਲਿਆ, ਇਹਨੂੰ ਵੀ ਹੰਕਾਰ ਹੋ ਗਿਆ ਕਿ ਮੇਰੇ ਕੋਲ ਤਾਂ ਹੀਰਾ, ਚੂਹਿਆਂ ਦੇ ਵਿੱਚ ਨਹੀਂ ਬੈਠਾ ਅੱਡ ਬੈਠਾ ਸੀ, ਕੇਵਲ ਮਾਨ। ਇੱਥੇ ਗੁਰੂ ਦੀ ਬਾਣੀ ਮਾਨ ਦੀ ਗੱਲ ਕਰਦੀ ਹੈ, ਅਮੀਰੀ ਤੇ ਗਰੀਬੀ ਦੀ ਗੱਲ ਕਰਦੀ ਹੈ। ਜਿਉਂ ਜਿਉਂ ਬੰਦਾ ਅਮੀਰ ਹੋਵੇਗਾ, ਉਹ ਰੱਬ ਦੇ ਅੱਗੇ ਮੁੱਕੀਆਂ ਬੇਨਤੀਆਂ ਨਹੀਂ ਕਰੇਗਾ, ਉਹਨੇ ਕਹਿਣਾ ਵੀ ਮੈਂ ਰੱਬ ਤੋਂ ਕੀ ਲੈਣਾ, ਮੇਰੇ ਕੋਲ ਮਾਇਆ। ਜਿਉਂ ਜਿਉਂ ਬੰਦਾ ਨਾਮ ਧਨ ਵਾਲੇ ਪਾਸੇ ਤੁਰਿਆ ਜਾਵੇਗਾ, ਤਿਉਂ ਤਿਉਂ ਨੀਵਾਂ ਹੁੰਦਾ ਤੁਰਿਆ ਜਾਵੇਗਾ। ਦੁਨਿਆਵੀ ਧਨ ਥੋੜਾ ਤੇ ਨਾਮ ਧਨ ਬਹੁਤਾ। ਹੁਣ ਜੇ ਇੱਕ ਗੱਲ ਸੋਚੀਏ ਵੀ ਜਿੰਨੇ ਵੀ ਭਗਤ ਹੋਏ ਨੇ ਸਾਰੇ ਗਰੀਬ ਹੋਏ ਨੇ, ਬਹੁਤ ਗਰੀਬ। ਹੁਣ ਰੱਬ ਦੇ ਪਿਆਰੇ ਗਰੀਬ ਕਿਉਂ ਰਹਿ ਗਏ? ਕਿਉਂਕਿ ਉਹਨਾਂ ਨੇ ਬਹੁਤਾ ਸਮਾਂ ਨਾਮ ਧਨ ਦੇ ਉੱਤੇ ਗੁਜ਼ਾਰਿਆ, ਬਹੁਤਾ ਸਮਾਂ ਬਸ ਦਸਾਂ ਨੌਹਾਂ ਦੀ ਕਿਰਤ ਤੱਕ ਸੀਮਤ ਰਹੇ, ਦੁਨਿਆਵੀ ਧਨ ਜੋੜਨ ਦੀ ਬਹੁਤੀ ਕੋਸ਼ਿਸ਼ ਨਹੀਂ ਕੀਤੀ। ਇੱਕੋ ਹੀ ਗੱਲ ਹੋਵੇਗੀ, ਜਾਂ ਦੁਨਿਆਵੀ ਧਨ ਜੋੜਿਆ ਜਾਵੇਗਾ ਜਾਂ ਨਾਮ ਦਾ ਧਨ ਜੋੜਿਆ ਜਾਵੇਗਾ। ਇੱਥੇ ਗੁਰੂ ਸਵਾਲਿਓ ਅੱਜ ਦੇ ਸ਼ਬਦ ਦੇ ਵਿੱਚ ਭਗਤ ਰਵਿਦਾਸ ਜੀ ਦਾ ਬੜਾ ਪਿਆਰਾ ਸ਼ਬਦ ਹੈ, ਹਮ ਸਰ ਦੀਨ ਦਇਆਲ ਨ ਤੁਮ ਸਰ। ਕਿਉਂਕਿ ਜਿਸ ਵੇਲੇ ਰੱਬ ਦੇ ਪਿਆਰਿਆਂ ਨੇ ਇਹ ਬੋਲ ਬੋਲੇ ਨਾ, ਉਸ ਵੇਲੇ ਜਾਤ ਪਾਤ ਦਾ ਬੜਾ ਵਿਤਕਰਾ ਸੀ, ਬੜਾ ਵਿਤਕਰਾ। ਉਸ ਵਿਤਕਰੇ ਨੂੰ ਦੇਖ ਕੇ ਵੀ ਗੁਰਬਾਣੀ ਦੇ ਵਿੱਚ ਐਸੇ ਕੁਝ ਸ਼ਬਦ ਵਰਤੇ ਸਤਿਗੁਰਾਂ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਦੁਨੀਆਂ ਵਾਲਿਆਂ ਨੂੰ ਇਹ ਗੱਲ ਚੇਤੀ ਰਹੇ ਵੀ ਰੱਬ ਦੇ ਪਿਆਰਿਆਂ ਨੇ ਇੰਨੇ ਨੀਵੇਂ ਹੋਣ ਦੇ ਬਾਵਜੂਦ ਉੱਚੀਆਂ ਪਦਵੀਆਂ ਨੂੰ ਪ੍ਰਾਪਤ ਕੀਤਾ। ਗੋਬਿੰਦ 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 ਸੰਗ ਨਾਮ ਦਿਉ ਮਨ ਲੀਣਾ, ਆੜ ਦਾਨ ਤੋਂ ਸੀਪਰ ਹੋਇਓ ਨਾ ਕੀਣਾ, ਤਨਣਾ ਮਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਪੁਰਾ ਜੁਲਾਹਰਾ ਭਇਓ ਗੁਣੀ ਗਹੀਰਾ, ਰਵਿਦਾਸ ਭਗਤਾ ਢੋਰ ਨੀਤ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਵਰ ਦਰਸ਼ਨ ਪਾਇਆ, ਸੈਣ ਦਾਈ ਬੁਧਕਾਰੀ ਆ ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ, ਇਹ ਵਿਦ ਸੁਣ ਕੈ ਜਾਟ ਰੂਠ ਭਗਤੀ ਕਾ ਕੰਗਣਾ, ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ। ਇੱਥੇ ਸਤਿਗੁਰਾਂ ਨੇ ਰੱਬ ਦੇ ਪਿਆਰਿਆਂ ਦੀ ਜਾਤੀ ਪ੍ਰਥਾਏ ਵੀ ਸ਼ਬਦ ਬੋਲੇ ਵੀ ਐਡੀ ਨੀਵੀਂ ਜਾਤ ਦੇ ਵਿੱਚ ਪੈਦਾ ਹੋ ਕੇ ਜਿਹਨੂੰ ਦੁਨੀਆਂ ਦੇ ਲੋਕ ਕਹਿੰਦੇ ਸੀ ਨੀਵੀਂ ਜਾਤੀ ਹੈ, ਪਰ ਐਸੇ ਰੱਬ ਦੇ ਨਾਮ ਧਨ ਨੂੰ ਜੋੜਿਆ, ਅੱਜ ਵੱਡੀਆਂ ਵੱਡੀਆਂ ਜਾਤੀਆਂ ਵਾਲੇ ਵੀ ਰੱਬ ਦੇ ਪਿਆਰਿਆਂ ਦੇ ਅੱਗੇ ਸੀਸ ਝੁਕਾਉਂਦੇ ਆ। ਗੁਰੂ ਦੀ ਬਾਣੀ ਦਾ ਸ਼ਬਦ ਭਗਤ ਰਵਿਦਾਸ ਜੀ ਧਨਾਸਰੀ ਰਾਗ ਦੇ ਵਿੱਚ ਫਰਮਾਉਂਦੇ ਨੇ, ਹਮ ਸਰ ਦੀਨ ਦਇਆਲ ਨ ਤੁਮ ਸਰ। ਇਹ ਪਰਮ ਪਿਤਾ ਪਰਮੇਸ਼ਵਰ ਜੀਓ, ਮੇਰੇ ਵਰਗਾ ਕੋਈ ਗਰੀਬ ਨਹੀਂ ਹੈ,